ਹਾਂਜੀ ਵਿਗਿਆਨ ਦੇ ਖੇਤਰ ਦੇ ਵਿੱਚ ਭਾਰਤ ਵਿੱਚ ਪਿਛਲੇ ਸਾਲ ਕੀ ਕੁਝ ਖਾਸ ਹੋਇਆ ਪਿਛਲੇ ਅ ਸਾਲ ਦੇ ਅਖੀਰ ਦੇ ਵਿੱਚ ਭਾਰਤ ਦੀ ਪਹਿਲੀ ਸੋਡੀਅਮ ਆਇਨ ਬੈਟਰੀ ਪੂਨੇ ਆਧਾਰਿਤ ਕੰਪਨੀ ਕੇਪੀਆਈਟੀ ਟੈਕਨੋਲੋਜੀਜ਼ ਨੇ ਸੋਡੀਅਮ ਆਇਨ ਬੈਟਰੀ ਟੈਕਨੋਲੋਜੀ ਦਾ ਉਦਘਾਟਨ ਕੀਤਾ ਜਿਸ ਦੀ ਕੀਮਤ ਮੌਜੂਦਾ ਲਿਥੀਅਮ ਆਇਨ ਬੈਟਰੀਆਂ ਨਾਲੋਂ 30% ਤੱਕ ਘਟ ਹੋਵੇਗੀ केपीआईटी ਪਾਰ ਦੀ ਜਿਹੀ ਪਹਿਲੀ ਤੇ ਦੁਨੀਆ ਦੀ ਚੌਥੀ ਕੰਪਨੀ ਆ ਜੋ ਆਧੁਨਿਕ ਤਕਨੀਕ ਨੂੰ ਲੈ ਕੇ ਆਈ ਆ ਇਸ ਤਰ੍ਹਾਂ ਦੀ ਬੈਟਰੀ ਜਿਹੜੀ ਆ ਇਹ ਵਾਨਾ ਦੇ ਵਿੱਚ ਵਰਦਾਨ ਸਾਬਤ ਹੋ ਸਕਦੀ ਆ ਤਾਂ ਵਿਸ਼ਵ ਦੀ ਸਭ ਤੋਂ ਡੂੰਗੀ ਜਿਹੜੀ ਆ ਭੂਮੀਗਤ ਲੈਬ ਇਸ ਬਾਰੇ ਚਰਚਾ ਕਰਦੇ ਆਂ ਅਸੀਂ ਦੱਖਣ-ਪੱਛਮੀ ਚੀਨ ਦੇ ਸਿਆਚਨ ਸੂਬੇ ਵਿੱਚ 2400 ਮੀਟਰ ਡੂੰਗੀ ਭੌਤਿਕ ਵਿਗਿਆਨ ਪ੍ਰਯੋਗਸ਼ਾਲਾ ਚਾਇਨਾ ਜਿਨਪਿੰਗ ਭੂਮੀਗਤ ਪ੍ਰਯੋਗਸ਼ਾਲਾ 7 ਦਸੰਬਰ ਨੂੰ ਕਾਰਜਸ਼ੀਲ ਹੋਈ ਜਿਨਪਿੰਗ ਪਹਾੜ ਦੇ ਹੇਠਾਂ ਬਣੀ ਇਹ ਦੁਨੀਆ ਦੀ ਸਭ ਤੋਂ ਡੂੰਗੀ ਤੇ ਸਭ ਤੋਂ ਵੱਡੀ ਭੂਮੀਗਤ ਪ੍ਰਯੋਗਸ਼ਾਲਾ ਹੈ ਜਿਸ ਦੀ ਕੁੱਲ ਸਮਰੱਥਾ 330000 ਕਣ ਮੀਟਰ ਹੈ ਇਸ ਦੇ ਮੁੱਖ ਉਦੇਸ਼ਾਂ ਵਿੱਚੋਂ ਇੱਕ ਉਦੇਸ਼ ਡਾਰਕ ম্যাਟਰ ਅਜਿਹਾ ਪਦਾਰਥ ਜਿਸ ਉੱਤੇ ਪ੍ਰਕਾਸ਼ ਜਾਂ ਇਲੈਕਟ੍ਰੋਮੈਗਨੇਟਿਕ ਫੀਲਡ ਦਾ ਕੋਈ ਪ੍ਰਭਾਵ ਨਹੀਂ ਪੈਂਦਾ ਇਸ ਦੀ ਵਿਸ਼ਵਵਿਆਪੀ ਖੋਜ ਵਿੱਚ ਮਹੱਤਵਪੂਰਨ ਯੋਗਦਾਨ ਪਾਉਣਾ ਹੈ ਵਿਗਿਆਨੀਆਂ ਦਾ ਮੰਨਣਾ ਹੈ ਕਿ ਪ੍ਰਯੋਗਸ਼ਾਲਾ ਉਹਨਾਂ ਨੂੰ ਡਾਰਕ ম্যাਟਰ ਨਾਮਕ ਅਧਿਕ ਪਦਾਰਥ ਦਾ ਪਤਾ ਲਗਾਉਣ ਲਈ ਸਾਫ਼ ਜਗ੍ਹਾ ਪ੍ਰਦਾਨ ਕਰਦੀ ਹੈ ਫਿਰ ਹੈ ਵਿਸ਼ਵ ਦਾ ਪਹਿਲਾ ਮੀਥੇਨ ਤਰਲ ਆਕਸੀਜਨ ਰਾਕਟ 9 ਦਸੰਬਰ ਨੂੰ ਬੀਜਿੰਗ ਆਧਾਰਿਤ ਪ੍ਰਾਈਵੇਟ 에ਅਰਸ ਐਰੋਸਪੇਸ ਕੰਪਨੀ ਲੈਂਡ ਸਪੇਸ ਨੇ ਉੱਤਰ-ਪੱਛਮੀ ਚੀਨ ਦੇ ਯੂਕਵਾਂਸ ਸੈਟਲਾਈਟ ਲਾਂਚ ਸੈਂਟਰ ਤੋਂ ਜੂਕਿਊ 2Y3 ਨਾਮਕ ਦੁਨੀਆ ਦੇ ਪਹਿਲੇ ਮੀਥੇਨ ਤਰਲ ਆਕਸੀਜਨ ਨਾਲ ਚੱਲਣ ਵਾਲੇ ਰਾਕਟ ਨੂੰ ਲਾਂਚ ਕੀਤਾ ਹੈ ਰਾਕੇਟ ਨੇ ਸਫਲਤਾਪੂਰਵਕ ਤਿੰਨ ਉਪਗ੍ਰਹਾਂ ਹੋਮਗਰੂ ਹੋਮਗਰੂ 2 TY333 ਨੂੰ 460 ਕਿਲੋਮੀਟਰ ਦੀ ਦੂਰੀ ਤੇ ਸੰ ਸਿੰਕਰੋਨਸ ਆਰਬਿਟ ਵਿੱਚ ਸਥਾਪਿਤ ਕੀਤਾ ਫਿਰ ਜੈਮਿਨੀ Google ਦਾ ਅਗਲੇ ਪੱਧਰ ਦਾ AI ਮਾਡਲ Google ਦੀ ਮੂਲ ਕੰਪਨੀ ਅਲਫਾ ਗੂਗਲ ਨੇ 6 ਦਸੰਬਰ ਨੂੰ ਆਪਣੇ ਨਵੀਨਤਮ ਤੇ ਹੁਣ ਤੱਕ ਦੇ ਸਭ ਤੋਂ ਉੱਤ ਉન્નਤ AI ਮਾਡਲ ਜੈਮਿਨੀ ਦਾ ਉਦਘਾਟਨ ਕੀਤਾ ਜਿਸ ਨੂੰ ਮਨੁੱਖਾਂ ਵਰਗਾ ਵਿਵਹਾਰ ਕਰਨ ਦੀ ਸਿਖਲਾਈ ਦਿੱਤੀ ਗਈ ਹੈ ਜਿਸ ਨਾਲ ਟੈਕਨੋਲੋਜੀ ਦੇ ਸੰਭਾਵੀ ਵਾਅਦਿਆਂ ਤੇ ਖਤਰਿਆਂ ਬਾਰੇ ਬਹਿਸ ਛਿੜਨ ਦੀ ਸੰਭਾਵਨਾ ਹੈ ਜੈਮਿਨੀ ਦੇ ਮਲਟੀ ਮਾਡਲ ਹੋਣ ਕਰਕੇ ਖੁਦ ਨੂੰ ਬਾਕੀਆਂ ਤੋਂ ਵੱਖਰਾ ਕਰਦਾ ਹੈ ਕਿ ਟੈਕਸਟ ਕੋਡ ਆਡੀਓ ਚਿੱਤਰ ਵੀਡੀਓ ਵਰਗੀਆਂ ਵੱਖ-ਵੱਖ ਕਿਸਮ ਦੀਆਂ ਜਾਣਕਾਰੀਆਂ ਨੂੰ ਇੱਕੋ ਸਮੇਂ ਸਮਝਣ ਤੇ ਕੰਮ ਕਰਨ ਦੀ ਯੋਗਤਾ ਦਾ ਪ੍ਰਦਰਸ਼ਨ ਕਰਦਾ ਹੈ ਅੱਗੇ ਹੈਗਾ ਜੀ IBM ਨੇ ਸੁਪਰ ਫਾਸਟ ਕੁਆਂਟਮ ਚਿਪ ਜਾਰੀ ਕੀਤੀ ਅਮਰੀਕਾ ਸਥਿਤ ਤਕਨੀਕੀ ਦਿੱਗਜ IBM ਨੇ 4 ਦਸੰਬਰ ਨੂੰ 1000 ਤੋਂ ਵੱਧ ਕਿਊਬਿਟਸ ਵਾਲੀ ਕੰਡੋਰ ਨਾਮੀ ਪਹਿਲੀ ਕੁਆਂਟਮ ਕੰਪਿਊਟਰ ਚਿਪ ਦਾ ਉਦਘਾਟਨ ਕੀਤਾ ਹੈ ਇਸ ਨਵੀਂ ਕੁਆਂਟਮ ਕੰਪਿਊਟਿੰਗ ਚਿਪ ਵਿੱਚ ਹਨੀਕਮ ਪੈਟਰਨ 1121 ਸੁਪਰਕੰਡਕਟਿੰਗ ਕਿਊਬਿਕ ਵਿਵਸਥਿਤ ਕੀਤੇ ਗਏ ਨੇ ਕੁਆਂਟਮ ਚਿਪਸ ਕੁਆਂਟਮ ਕੰਪਿਊਟਰ ਨੂੰ ਚਲਾਉਣ ਲਈ ਵਰਤੀਆਂ ਜਾਂਦੀਆਂ ਨੇ ਜੋ ਕੁਝ ਖਾਸ ਗਣਨਾਵਾਂ ਕੰਮ ਕਰਨ ਲਈ ਵਰਤੀ ਜਾਂਦੀਆਂ ਜੋ ਆਮ ਕੰਪਿਊਟਰ ਨਹੀਂ ਕਰ ਸਕਦੇ ਵਿਸ਼ਾ ਦਾ ਸਭ ਤੋਂ ਵੱਡਾ ਪਰਮਾਣੂ ਫਿਊਜ਼ਨ ਰੀਐਕਟਰ 1 ਦਸੰਬਰ ਨੂੰ ਜਾਪਾਨ ਵਿੱਚ ਦੁਨੀਆ ਦੇ ਸਭ ਤੋਂ ਵੱਡੇ ਸਭ ਤੋਂ ਉੱਨਤ ਪਰਮਾਣੂ ਫਿਊਜ਼ਨ ਰੀਐਕਟਰ ਜੀਟੀ 60ਐਸਏ ਨੇ ਆਪਣਾ ਅਧਿਕਾਰਿਤ ਤੌਰ ਤੇ ਕੰਮ ਸ਼ੁਰੂ ਕੀਤਾ ਇਹ ਯੂਰੋਪੀਅਨ ਯੂਨੀਅਨ ਦੇ ਨਾਲ ਜਾਪਾਨ ਦਾ ਇੱਕ ਸਾਂਝਾ ਉਦਮ ਆ ਜੋ ਕਿ ਪੂਰੇ ਯੂਰਪ ਤੇ ਜਾਪਾਨ ਵਿੱਚ 500 ਤੋਂ ਵੱਧ ਵਿਗਿਆਨੀਆਂ ਇੰਜੀਨੀਅਰਾਂ ਤੇ 70 ਤੋਂ ਵੱਧ ਕੰਪਨੀਆਂ ਵਿੱਚਕਾਰ ਸਹਿਯੋਗ ਦਾ ਨਤੀਜਾ ਹੈ ਪਰਮਾਣੂ ਪਾਵਰ ਪਲਾਂਟਾਂ ਵਿੱਚ ਵਰਤਮਾਨ ਵਿੱਚ ਵਰਤੀ ਜਾਣ ਵਾਲੀ ਟੈਕਨੋਲੋਜੀ ਫਿਊਸ਼ਨ ਤੋਂ ਵੱਖਰੀ ਹੈ ਫਿਊਜ਼ਨ ਵਿੱਚ ਦੋ ਪਰਮਾਣੂ ਨਿਊਕਲੀਅਸ ਦਾ ਆਪਸ ਵਿੱਚ ਮਿਸ਼ਰਣ ਕੀਤਾ ਜਾਂਦਾ ਹੈ ਪੀਐਮ ਤੇਜਸ ਲੜਾਕੂ ਜਹਾਜ਼ ਨੇ ਉਡਾਨ ਭਰੀ ਮੇਕ ਇਨ ਇੰਡੀਆ ਮਿਸ਼ਨ ਨੂੰ ਉਤਸ਼ਾਹਿਤ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 25 ਨਵੰਬਰ ਨੂੰ ਸਵਦੇਸ਼ੀ ਹਲਕੇ ਲੜਾਕੂ ਜਹਾਜ਼ ਤੇਜਸ ਵਿੱਚ ਬੰਗਲੌਰੂ ਤੋਂ 30 ਮਿੰਟ ਦੀ ਉਡਾਨ ਭਰੀ ਨਰਿੰਦਰ ਮੋਦੀ ਲੜਾਕੂ ਜਹਾਜ਼ ਵਿੱਚ ਉਡਾਨ ਭਰਨ ਵਾਲੇ ਪਹਿਲੇ ਪ੍ਰਧਾਨ ਮੰਤਰੀ ਬਣੇ 30 ਮਿੰਟ ਦੀ ਉਡਾਨ 에ਅਰਕ੍ਰਾਫਟ ਸਿਸਟਮਸ ਟੈਸਟ ਸਥਾਪਨਾ ਬੰਗਲੌਰੂ ਤੋਂ ਕੀਤੀ ਗਈ ਸੀ ਦੁਨੀਆ ਦਾ ਪਹਿਲਾ ਰਾਈਫਲ ਰੇਟਡ ਬੈਲਿਸਟਿਕ ਹੈਲਮਟ ਰੱਖਿਆ ਨਿਰਮਾਣ ਵਿੱਚ ਇੱਕ ਹੋਰ ਮੀਲ ਪੱਥਰ ਪ੍ਰਾਪਤ ਕਰਦੇ ਹੋਏ ਕਾਨਪੁਰ ਆਧਾਰਿਤ ਐਮ ਕੇ ਯੂ ਲਿਮਟਿਡ ਦੇ ਦੁਨੀਆ ਦੇ ਸਭ ਪਹਿਲੇ ਰਾਈਫਲ ਰੇਟਡ ਬੈਲਿਸਟਿਕ ਹੈਲਮਟ ਕਾਵਰੋਡੋਮਾ 360 ਦਾ ਉਦਘਾਟਨ ਕੀਤਾ ਇਹ ਦੁਨੀਆ ਵਿੱਚ ਪਹਿਲੀ ਵਾਰ ਹੈ ਕਿ ਇੱਕ ਬੈਲੇਸਟਿਕ ਹੈਲਮਟ ਸਿਰ ਦੇ ਸਾਰੇ 5 ਖੇਤਰਾਂ ਵਿੱਚ AK47, M4, M80, NATO ਬਾਲ ਤੇ M193 ਰਾਈਫਲਾਂ ਦੀਆਂ ਗੋਲੀਆਂ ਵਰਗੇ ਖਤਰਿਆਂ ਤੋਂ ਸੁਰੱਖਿਆ ਪ੍ਰਦਾਨ ਕਰਦਾ ਹੈ। ਇਹ ਪਹਿਲਾ ਐਂਟੀ ਰਾਈਫਲ ਹੈਲਮਟ ਹੈ ਜਿਸ ਵਿੱਚ ਕੋਈ ਬੋਲਟ ਜਾਂ ਕੋਈ ਤਾਤ ਦਾ ਹਿੱਸਾ ਨਹੀਂ ਜੋ ਗੋਲੀ ਲੱਗਣ ਦੀ ਸਥਿਤੀ ਵਿੱਚ ਸਿਰ ਨੂੰ ਨੁਕਸਾਨ ਪਹੁੰਚਾ ਸਕੇ। ਇਸ ਦਾ ਭਾਰ ਸਿਰਫ 1.45 ਕਿਲੋ ਹੈ। ਭਾਰਤ ਨੂੰ ਰੂਸ ਤੋਂ ਇਹ ਗਲਾਸ ਮਿਜ਼ਾਈਲਾਂ ਮਿਲਣਗੀਆਂ। ਭਾਰਤ ਨੇ ਹੱਥ ਨਾਲ ਫੜੀ ਜਾਣ ਵਾਲੀ ਐਡਵਾਂਸ ਇਗਲਾਸ ਐਂਟੀ ਕ੍ਰਾਫਟਸ ਮਿਜ਼ਾਈਲਾਂ ਦੀ ਸਪਲਾਈ ਲਈ ਰੂਸ ਨਾਲ ਇਕਰਾਰਨਾਮੇ ਤੇ ਹਸਤਾਖਰ ਕੀਤੇ ਹਨ। ਇਹ ਇੱਕ ਮੈਨ ਪੋਰਟੇਬਲ 에ਅਰ ਡਿਫੈਂਸ ਸਿਸਟਮ ਹਾਂ ਜਿਸ ਦੀ ਵਰਤੋਂ ਦੁਸ਼ਮਣਾਂ ਦੇ ਜਹਾਜ਼ਾਂ ਨੂੰ ਗिराਉਣ ਲਈ ਕੀਤੀ ਜਾ ਸਕਦੀ ਹੈ ਇਸ ਮਿਸਾਲ ਦੇ ਰੇਂਜਰੀ 5 ਤੋਂ 6 ਕਿਲੋਮੀਟਰ ਇਹ ਛੱਡੋ ਤੇ ਭੁੱਲ ਜਾਣ ਸਮਰੱਥਾ ਦੇ ਸਿਧਾਂਤ ਤੇ ਕੰਮ ਕਰਦਾ ਏ ਭਾਰਤੀ ਫੌਜ ਨੇ ਪਿਛਲੇ ਸਾਲ ਇਗਲਾ ਐਸ ਸਿਸਟਮ ਨੂੰ ਫੌਜ ਵਿੱਚ ਸ਼ਾਮਲ ਕੀਤਾ ਸੀ ਇਸ ਇਕਰਾਰਨਾਮੇ ਤਹਿਤ ਭਾਰਤ ਨੂੰ ਸਿਸਟਮ ਭਾਰਤ ਨੂੰ ਆਉਣ ਵਾਲੇ ਸਮੇਂ ਵਿੱਚ ਇਹਨਾਂ ਮਜ਼ਾਇਲ ਪ੍ਰਣਾਲੀਆਂ ਦੇ ਨਿਰਮਾਣ ਦੀ ਵੀ ਇਜਾਜ਼ਤ ਦਿੱਤੀ ਗਈ ਹੈ। S A A B ਇੰਡੀਆ ਵਿੱਚ ਕਾਰਲ ਗਸਟਾਫ M4 ਬਣਾਏਗੀ ਸਵੀਡਨ ਸਥਿਤ ਰੱਖਿਆ ਕੰਪਨੀ S A A B ਭਾਰਤ ਸਰਕਾਰ ਤੋਂ ਰੱਖਿਆ ਪ੍ਰੋਜੈਕਟ ਵਿੱਚ 100% ਸਿੱਧੇ ਵਿਦੇਸ਼ੀ ਨਿਵੇਸ਼ F R I ਲਈ ਇਜਾਜ਼ਤ ਪ੍ਰਦਾਨ ਕਰਨ ਵਾਲੀ ਪਹਿਲੀ ਵਿਦੇਸ਼ੀ ਕੰਪਨੀ ਬਣ ਗਈ ਹੈ। ਸਾਬ ਮੋਰਬੇ ਤੇ ਰੱਖ ਕੇ ਚਲਾਏ ਜਾਣ ਵਾਲੇ ਹਥਿਆਰ ਕਾਰਲ ਗੁਸਟਾਫ M4 ਦੀ ਨਿਰਮਾਤਾ ਕੰਪਨੀਆ ਸਿਰਫ 7 ਕਿਲੋਗ੍ਰam ਭਾਰ ਵਾਲਾ ਕਾਰਲ ਗੁਸਟਾਫ M4 ਇੱਕ ਵਿਅਕਤੀ ਦੁਆਰਾ ਲੰਬੀ ਦੂਰੀ ਤੇ ਲਜਾਣ ਦੇ ਸਮਰੱਥ ਮਲਟੀ ਰੋਲ ਹਥਿਆਰ ਪ੍ਰਣਾਲੀ ਹੈ ਜੋ ਮੁੱਖ ਤੌਰ ਤੇ ਦੁਸ਼ਮਣ ਦੇ ਟੈਂਕਾਂ ਤੇ ਇਮਾਰਤਾਂ ਨੂੰ ਤਬਾਹ ਕਰਨ ਲਈ ਵਰਤੀ ਜਾਂਦੀ ਹੈ ਭਾਰਤੀ ਫੌਜ 1970 ਦੇ ਦਹਾਕੇ ਤੋਂ ਇਸ ਸ਼ਕਤੀਸ਼ਾਲੀ ਹਥਿਆਰ ਦੀ ਵਰਤੋਂ ਕਰਦੀ ਆ ਰਹੀ ਹੈ ਤਾਂ ਇਸ ਵੀਡੀਓ ਦੇ ਵਿੱਚ ਇਨਾ ਫਿਰ ਮਿਲਦੇ ਆ ਨੈਕਸਟ ਟੌਪਿਕ ਦੇ ਨਾਲ ਓਕੇ ਥੈਂਕਸ